विधानसभा चुनाव ਦੇ ਵਿੱਚ ਵਕ ਵਕ ਸਿਆਸੀ ਪਾਰਟੀਆਂ ਵੱਲੋਂ ਲੁਧਿਆਣਾ ਤੋਂ ਖਾਸ ਕਰ 7 ਵਕੀਲ ਉਤਾਰੇ ਗਏ ਨੇ ਤੇ ਇਸ ਵੇਲੇ ਅਸੀਂ ਮੌਜੂਦ ਹਾਂ ਲੁਧਿਆਣਾ ਦੇ ਹਲਕਾ ਆਤਮਨਗਰ ਦੇ ਵਿੱਚ ਤੇ ਅਕਾਲੀ ਦਲ ਵੱਲੋਂ ਬਹੁਤ ਸੁਲਝੇ ਹੋਏ ਵਕੀਲ ਐਡਵੋਕੇਟ ਹਰੀਸ਼ ਰਾਏ ਢਾਂਡਾ ਨੂੰ ਵੀ ਹਲਕਾ ਆਤਮਨਗਰ ਤੋਂ ਟਿਕਟ ਦਿੱਤੀ ਗਈ ਹੈ ਢਾਂਡਾ ਸਾਹਿਬ ਸਾਡੇ ਨਾਲ ਮੌਜੂਦ ਨੇ ਢਾਂਡਾ ਸਾਹਿਬ ਕੀ ਕਹਿਣਾ ਚਾਹੋਗੇ ਅਕਾਲੀ ਦਲ ਵੱਲੋਂ ਗੱਲ ਪੰਜਾਬ ਦੀ ਕੀਤੀ ਜਾ ਰਹੀ ਹੈ ਕਿਸ ਗੱਲ ਦੀ ਗੱਲ ਕੀਤੀ ਜਾ ਰਹੀ ਹੈ ਪੂਰੇ ਪੰਜਾਬ ਦੀ ਗੱਲ ਕੀਤੀ ਜਾ ਰਹੀ ਹੈ ਪੰਜਾਬ ਦਾ ਜਿਹੜਾ ਬੰਦੋਬਸਤ ਸੀ ਤਾਂ ਢੇਰੀ ਹੋਇਆ ਹੋਇਆ ਸੀ 6000 ਮੈਗਾਵਾਟ ਬਿਜਲੀ ਪੈਦਾ ਹੁੰਦੀ ਸੀ ਤੇ 10000 ਮੈਗਾਵਾਟ ਦੀ ਡਿਮਾਂਡ ਸੀ 12.5000 ਮੈਗਾਵਾਟ ਤੇ 6 ਸਾਲਾਂ ਚ ਪੰਚਾਈ ਬਿਜਲੀ ਸਰਪਲਸ ਕੀਤੀ ਪੰਜਾਬ ਦੀਆਂ ਸੜਕਾਂ 35000 ਕਰੋੜ ਦੇ ਨਾਲ ਨਵੀਕਰਨ ਕੀਤਾ ਚਾਰ ਲੇਨ 6 ਲੇਨ ਕੀਤਾ 300 ਪੁੱਲ ਬਣੇ ਬਠਿੰਡਾ ਰਫਾਇਨਰੀ 20000 ਕਰੋੜ ਨਾਲ ਆਈ ਉਹਦੇ ਬਾਅਦ ਯੂਨੀਵਰਸਿਟੀ ਆਈ ਕੁਦਾ ਸੈਂਟਰਲ ਯੂਨੀਵਰਸਿਟੀ ਉਹਦੇ ਬਾਅਦ ਆਈ ਆਈਟੀ ਆਈ ਰੋਪੜ ਫੇਅਰ ਬਿਜ਼ਨਸ ਮੈਨੇਜਮੈਂਟ ਆਈ ਫਿਰ ਬਾਬਾ ਫਰੀਦ ਯੂਨੀਵਰਸਿਟੀ ਬਣਾਈ ਗਈ ਫਿਰ ਪੀਟੀਯੂ ਯੂਨੀਵਰਸਿਟੀ ਬਣਾਈ ਗਈ ਫਿਰ ਪੂਰੇ ਪੰਜਾਬ ਦੇ ਜਿਹੜੇ ਐਡਮਿਨਿਸਟ੍ਰੇਟਿਵ ਕੰਪਲੈਕਸਸ ਐ ਜਿੰਨੇ ਪੁਰਾਣੇ ਸੀ ਸਾਰੇ ਨਵੇਂ ਬਣੇ ਜੁਡੀਸ਼ੀਅਲ ਕੰਪਲੈਕਸ ਨਵੇਂ ਬਣੇ 5000 ਸੁਵਿਧਾ ਸੈਂਟਰ ਬਣੇ ਸਾਂਝ ਕੇਂਦਰ ਜਿਨ੍ਹਾਂ ਨੂੰ ਇਹਨਾਂ ਨੇ ਚਲਾਇਆ ਤੱਕ ਨਹੀਂ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਮਟੋਰੀਅਸ ਬੱਚਿਆਂ ਲਈ ਸਕੂਲ ਖੁੱਲੇ ਗਏ 250 ਤੋਂ ਵੱਧ ਸਕੂਲ ਖੁੱਲੇ ਗਏ ਇਹਦੇ ਬਾਅਦ ਜਦ ਹੁਣ 5 ਸਾਲ ਹੈ ਇੱਕ ਵੀ ਇੱਟ ਪੰਜਾਬ 'ਚ ਨਹੀਂ ਲੱਗੀ ਸੋ ਅਸੀਂ ਇਹ ਕੰਨੀ ਹੈ ਗੱਲ ਪੰਜਾਬ ਦੀ ਜਿਹੜਾ ਪੰਜਾਬ ਦੀ ਡਿਵੈਲਪਮੈਂਟ ਦੀ ਗੱਲ ਕਰੇ ਅੱਜ ਇੰਡਸਟਰੀਅਲ ਕਨੈਕਸ਼ਨ ਨਹੀਂ ਮਿਲ ਰਹੇ ਨਵੀਂ ਇੰਡਸਟਰੀ ਨਹੀਂ ਆ ਸਕਦੀ ਅੱਜ ਪੁਰਾਣੇ ਕਨੈਕਸ਼ਨਸ ਦਾ ਲੋਡ ਨਹੀਂ ਵਧਾਇਆ ਜਾ ਰਿਹਾ ਬਿਜਲੀ ਸ਼ਾਰਟੇਜ ਮੁੜ ਕੇ ਪੰਜਾਬ ਚ ਹੋ ਗਈ ਪੰਜਾਬ ਦੇ ਜਿਹੜੀ ਵਿਵਸਥਾ ਹੈ ਪੰਜਾਬ ਦੇ ਟੈਕਸ ਕਲੈਕਸ਼ਨ ਆ ਉਹ ਪੂਰ ਹੋ ਗਏ ਪੰਜਾਬ 6000 ਕਰੋੜ ਡੈਫੀਸ਼ੀਐਂਟ ਹੈ ਗਰੰਟੀ ਮੰਣੀ ਤੇ ਹੈ ਇਸ ਲਈ ਗੱਲ ਪੰਜਾਬ ਦੀ ਅਕਾਲੀ ਦਲੀ ਕਰ ਸਕਦਾ ਹੈ ਤਾਂ ਜਿਹੜਾ ਕਰੇ ਗੱਲ ਪੰਜਾਬ ਦੀ ਉਹਨੂੰ ਵੋਟਾਂ ਮੰਗਦੇ ਆਂ ਜਿਹੜਾ ਗੱਲ ਕਰੇ ਦਿੱਲੀ ਤੋਂ ਆਵੇ ਗੱਲ ਉਹ ਨਹੀਂ ਚੱਲਣੀ ਪੰਜਾਬ 'ਚ ਡਾਕਟਰ ਸਾਹਿਬ ਇਸ 'ਚ ਕੋਈ ਸ਼ੱਕ ਨਹੀਂ ਹੈਗਾ ਕਿ 10 ਸਾਲ ਅਕਾਲੀ ਦਲ ਦਾ ਰਾਜ ਰਿਹਾ ਤੇ ਪੰਜਾਬ ਦੇ ਵਿੱਚ ਕਾਫੀ ਡਿਵੈਲਪਮੈਂਟ ਹੋਈ ਆ ਔਰ ਕਾਂਗਰਸ ਦੇ ਦੌਰ ਦੇ ਵਿੱਚ ਪਬਲਿਕ ਨੂੰ ਇਦਾਂ ਅਮਮੰਦ ਕਹਿੰਦੇ ਸੁਣਿਆ ਗਿਆ ਕਿ ਇਸ ਤੋਂ ਤਾਂ ਅਕਾਲੀ ਚੰਗੇ ਸੀਗੇ ਲੇਕਿਨ ਫਿਰ ਵੀ ਕਿਤੇ ਨਾ ਕਿਤੇ ਕਾਂਗਰਸ ਦੇ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਜਿਸ ਤਰ੍ਹਾਂ ਤੁਸੀਂ ਦੇਖਿਆ ਕੱਲ ਉਹਨਾਂ ਦੇ ਵੱਲੋਂ ਆਪਣਾ ਮੁੱਖ ਮੰਤਰੀ ਚਿਹਰਾ ਵੀ ਕੋਸ਼ਿਸ਼ ਕਰ ਦਿੱਤਾ ਗਿਆ ਕੀ ਕਹਿਣਾ ਚਾਹੋਗੇ ਸਾਰੇ ਕਿਉਂਕਿ ਪਹਿਲਾਂ ਤਾਂ ਉਹਨਾਂ ਨੇ ਜੋ ਵਾਅਦੇ ਕੀਤੇ ਸੀ ਉਹ ਉਸ ਤਰੀਕੇ ਨਾਲ ਕੰਪਲੀਟ ਨਹੀਂ ਹੋਏ ਹੈਗੇ ਔਰ ਅਕਾਲੀ ਦਲ ਅਗਰ ਆਂਦਾ ਹੈਗਾ ਤਾਂ ਕਿਹੜੇ ਇਹ ਜਿਹੇ ਕੰਮ ਨੇ ਜਿਹੜੇ ਆਂਦੇ ਸਾਰੇ ਅਕਾਲੀ ਦਲ ਵੱਲੋਂ ਕੀਤੇ ਜਾਣਗੇ ਦੇਖੋ ਐਡਮਿਸ਼ਨ ਹੈ ਕਾਂਗਰਸ ਦੀ 300 ਕਰੋੜ ਰੁਪਿਆ ਲਾ ਕੇ ਪੂਰੇ ਪੰਜਾਬ ਚ ਚੰਨੀਜੀ ਦੇ ਬੋਰਡ ਟੰਗੇ ਉਹ ਬੋਰਡ ਟੰਕੀ ਉਹਦੇ ਚ ਇੱਕ ਪ੍ਰੋਜੈਕਟ ਬਾਰੇ ਲਿਖਿਆ ਇੱਕ ਸਕੂਲ ਇੱਕ ਯੂਨੀਵਰਸਿਟੀ ਇੱਕ ਹਸਪਤਾਲ ਬਾਰੇ ਲਿਖਿਆ ਇਹਦਾ ਮਤਲਬ ਨਹੀਂ ਕੀਤਾ 36000 ਨੌਕਰੀਆਂ ਬਾਰੇ ਲਿਖਿਆ ਕੋਈ ਨਹੀਂ ਕੀਤੀ ਕਿਸਾਨਾਂ ਨੂੰ ਮੁਆਵਜ਼ੇ ਬਾਰੇ ਲਿਖਿਆ ਉਹ ਵੀ ਨਹੀਂ ਹੋਇਆ ਤੁਸੀਂ ਬਿਜਲੀ ਦੇ ਬਿੱਲ ਦੀ ਰਾਹਤ ਦਿੱਤੀ 2 ਮਹੀਨੇ ਦੀ 7 ਕਿਲੋਵਾਟ ਤੋਂ ਘਟਵਾਲਿਆ ਨੂੰ 5 ਰੁਪਏ ਤੋਂ 3 ਰੁਪਏ ਕੀਤਾ ਪਰ 48 ਕਰੋੜ ਬੰਦਾ ਤੁਸੀਂ ਬਿਜਲੀ ਕੰਪਨੀ ਨੂੰ ਹਲੇ ਤੱਕ ਨਹੀਂ ਦਿੱਤਾ ਜਾਂ ਤਾਂ ਅਗਲੀ ਸਰਕਾਰ ਆ ਕੇ ਦੇਊਗੀ ਜਾਂ ਲੋਕਾਂ ਦੇ ਬਿੱਲਾਂ ਚ ਲੱਗ ਕੇ ਚੱਲੇ ਤੁਸੀਂ ਪਾਣੀ ਦੇ ਬਿੱਲ ਮਾਫ ਕਰਨ ਦੀ ਗੱਲ ਕੀਤੀ ਪਾਣੀ ਦੇ ਬਿੱਲ ਲੋਕਾਂ ਦੇ ਘਰਾਂ ਚ ਜਾਣੇ ਸ਼ੁਰੂ ਹੋ ਗਏ ਹੁਣ ਅਕਾਲੀ ਦਲ ਕੀ ਕਰੂਗਾ ਅਕਾਲੀ ਦਲ ਮੁੜ ਕੇ ਪੰਜਾਬ ਨੂੰ ਲੀਹਾਂ ਤੇ ਲੈ ਕੇ ਆਊਗਾ ਅਸੀਂ ਇਨਫਰਾਸਟ੍ਰਕਚਰ ਦਾ ਕੰਮ ਪੂਰਾ ਕਰ ਚੁੱਕੇ ਹਾਂ ਹੁਣ ਬਿਜਲੀ ਦੀ ਅਸੀਂ ਜਿਹੜੀ ਪਰਪਾਈ ਹੈ ਉਹ ਸੋਲਰ ਨਾਲ ਕਰਨੀ ਹੈ ਅਸੀਂ ਵਰਲਡ ਬੈਂਕ ਤੋਂ ਲੋਨ ਲੈ ਕੇ ਜਿੰਦੀ 12000 ਕਰੋੜ ਅਸੀਂ ਸਬਸਿਡੀ ਦਿੰਨੇ ਆ ਉਹ ਕਿਸ਼ਤ ਮੋੜਾਂਗੇ ਕਾਰਖਾਨੇ ਤੇ ਸੋਲਰ ਲਾਵਾਂਗੇ ਖੇਤ ਖੇਤ ਚ ਸੋਲਰ ਲਾਵਾਂਗੇ ਇੰਡਸਟਰੀ ਨੂੰ ਸੋਲਰ ਲਾਣ ਦੀ ਇਜਾਜ਼ਤ ਦੇਵਾਂਗੇ ਇੱਕ ਕਾਰਪੋਰੇਸ਼ਨ ਬਣਾ ਕੇ ਲੋਕ ਉਹਦੇ ਸ਼ੇਅਰ ਖਰੀਦ ਸਕਦੇ ਆ ਉਸ ਸ਼ੇਰਾਂ ਦੇ ਵਿੱਚ ਜਿੰਨੇ ਕਿਲੋਵਟ ਦੇ ਸ਼ੇਅਰ ਖਰੀਦੋ ਉਹਨੀ ਬਿਜਲੀ ਸੋਲਰ ਦੀ ਉਹਨਾਂ ਨੂੰ ਮੁਹੱਈਆ ਹੋਊਗੀ ਇਹ ਇੱਕ ਸੁਧਾਰ ਹੈ ਦੂਸਰਾ ਸੁਧਾਰ ਪੰਜਾਬ ਜਿਹੜਾ ਸਭ ਤੋਂ ਇੰਪੋਰਟੈਂਟ ਹੈ ਉਹ ਹੈ ਜਨ ਜੀਵਨ ਦੇ ਵਿੱਚ ਸੁਧਾਰ ਲਿਆਣਾ 400 ਯੂਨਿਟ ਬਿਜਲੀ ਜਿਹੜਾ ਮੈਂ ਦੱਸਿਆ ਇਸੇ ਉੱਪਰ ਆਲੇ ਨਾਲ ਦੇਣਾ ਇੱਥੇ ਨੌਕਰੀਆਂ ਨਵੀਆਂ ਪੈਦਾ ਕਰਨੀਆਂ ਜਿਹੜੇ ਬੱਚੇ ਆ ਉਹਨਾਂ ਨੂੰ ਹੁਨਰ ਨਾਲ ਜੁੜੇ ਕਿੱਤਿਆਂ ਦੀ ਯੂਨੀਵਰਸਿਟੀ ਬਣਾ ਕੇ ਹੁਨਰ ਵਾਲੇ ਕਿੱਤੇ ਜਿਵੇਂ ਕਿ ਵੈਲਡਿੰਗ ਹੈ ਮਸ਼ੀਨਰੀ ਚਲਾਉਂਦੇ ਆ ਪਲੰਬਿੰਗ ਹੈ ਇਲੈਕਟ੍ਰੀਕਲ ਫਿਟਿੰਗ ਹੈ ਟੀਵੀ ਰਿਪੇਅਰ ਹੈ ਫੋਨ ਰਿਪੇਅਰ ਹੈ ਕਾਰ ਰਿਪੇਅਰ ਹੈ ਮੋਟਰਸਾਈਕਲ ਰਿਪੇਅਰ ਹੈ ਥੋੜੀ ਹੌਜ਼ਰੀ ਦਾ ਸਮਾਨ ਹੈ ਕਟਿੰਗ ਦਾ ਵੀਵਿੰਗ ਦਾ ਐਬਰਾਇਡਰੀ ਦਾ ਇਹ ਸਭ ਲੋਕਾਂ ਨੂੰ ਡਿਪਲੋਮਸ ਕਰਾ ਕੇ 12ਵੀਂ ਦੇ ਬਾਅਦ ਯੋਗਤਾ ਦੇਵਾਂਗੇ ਉਹਨਾਂ ਨੂੰ ਪੂਰੀ ਦੁਨੀਆ ਪਰ ਵਿਸ਼ਵ ਪਰ ਚੁਣਨ ਨੂੰ ਨੌਕਰੀਆਂ ਮਿਲਣ ਹਿੰਦੁਸਤਾਨ ਪਰ ਚੁਣਨ ਨੂੰ ਨੌਕਰੀਆਂ ਮਿਲਣ ਇਹ ਸਾਡਾ ਅਗਲਾ ਟਿਚਾ ਹੈ ਹਸਪਤਾਲ ਜ਼ਿਲੇ ਜ਼ਿਲੇ ਚ ਹਸਪਤਾਲ ਬਣੇ ਲੋਕਾਂ ਦੀ ਸਿਹਤ ਲਾਜ ਲਈ 10 ਲੱਖ ਤੱਕ ਲੋਕਾਂ ਨੂੰ ਬੀਮਾ ਕਰਾ ਕੇ ਦੇਣਾ ਕਿਉਂ ਬੀਮੇ ਦੇ ਵਿੱਚ ਉਹਨਾਂ ਨੂੰ ਮਿਲੇ ਦੁਕਾਨਦਾਰ ਵੀਰਾਂ ਨੂੰ ਵੀ ਬੀਮਾ ਕਰਾ ਕੇ ਦੇਣਾ ਇਨ ਕੇਸ ਆਫ ਡੈਥ ਉਨਾ ਦਾ ਇਲਾਜ ਹੋ ਸਕੇ 10 ਲੱਖ ਤੱਕ ਲੋਨ ਮਹਿਆ ਕਰਾਣਾ এডਿਕੇਸ਼ਨ ਲੋਨ ਇੰਟਰਸਟ ਫਰੀ ਇਹ ਮੁੱਦੇ ਇਹਦੇ ਨਾਲ ਹੁਣ ਪੰਜਾਬ ਦਾ ਸੁਧਾਰ ਹੋਣਾ ਹੈ ਪੰਜਾਬ ਚ ਇੰਡਸਟਰੀ ਅਟਰੈਕਟ ਤਾਂ ਹੋਣੀ ਹੈ ਜੇ ਪੰਜਾਬ ਦੀ ਬਿਜਲੀ ਪੂਰੀ ਹੋਊਗੀ ਪੰਜਾਬ ਦਾ ਇਨਫਰਾਸਟ੍ਰਕਚਰ ਤਕੜਾ ਹੋਊਗਾ ਦੇਖੋ ਦੋ 에ਰਪੋਰਟ ਬਣਾਏ ਇਨਫਰਾਸਟ੍ਰਕਚਰ ਬਣਾਇਆ ਤੁਸੀਂ ਅੰਦਾਜ਼ਾ ਤਾਂ ਲਾਓ ਕਿਸ ਹੱਦ ਤੱਕ ਅਸੀਂ ਕ੍ਰੀਏਟ ਕਰ ਗਏ ਅਸੀਂ এনਵਾਇਰਨਮੈਂਟ ਜਿਹਦੇ ਵਿੱਚ ਪੰਜਾਬ ਨੇ ਟੇਕ ਆਫ ਕਰਨਾ ਸੀ ਟੇਕ ਆਫ ਤੱਕ ਹੀ ਕਰਨਾ ਸੀ ਪ੍ਰੋਗਰੈਸਿਵ ਦੀ ਜਗ੍ਹਾ ਰਿਗਰੈਸਿਵ ਬਣਾਤਾ ਬਿਜਲੀ ਕੱਟ ਗਈ ਮੁੜ ਕੇ ਫੇਰ ਬੇਚਤਾ ਬਠੰਡੇ ਦਾ ਪਲਾਂਟ ਜਿਹਦੇ ਤੇ 300 ਕਰੋੜ ਨਵੀਕਰਨ ਤੇ ਲੱਗਿਆ 640 ਕਰੋੜ ਦੇ ਵਿੱਚ ਨੂੰ ਵੇਚ ਕੇ ਉਹ ਮਾਰਿਆ ਸੋ ਇਹ ਗੱਲਾਂ ਕਰਨ ਵਾਲੀਆਂ ਆਂਦੀ ਹੀ ਕਰਾਂ ਸੋ ਤੁਸੀਂ ਦੇਖ ਸਕਦੇ ਹੋ ਟਾਂਡਾ ਸਾਹਿਬ ਬੜੇ ਬੇਬਾਕੀ ਦੇ ਨਾਲ ਜਵਾਬ ਦੇ ਰਹੇ ਨੇ ਇਸ ਤੋਂ ਪਹਿਲਾਂ ਕਿ ਟਾਂਡਾ ਸਾਹਿਬ ਤੋਂ ਅਗਲਾ ਸਵਾਲ ਕਰੀਏ ਟਾਂਡਾ ਸਾਹਿਬ ਬਾਰੇ ਮੈਂ ਦੱਸਣਾ ਚਾਹਾਂਗਾ ਕਿ ਸੁਲਝੇ ਹੋਏ ਐਡਵੋਕੇਟ ਸੁਲਝੇ ਹੋਏ ਵਕੀਲ ਹੋਣ ਦੇ ਨਾਲ ਨਾਲ ਬਹੁਤ એનਰਜੈਟਿਕ ਵੀ ਨੇ ਟਾਂਡਾ ਸਾਹਿਬ ਤੁਹਾਡੀ એનર્ਜੀ ਦਾ ਕੀ ਰਾਜ਼ ਹੈ ਇਸ ਤੋਂ ਪਹਿਲਾਂ ਕਿ ਅਗਲਾ ਸਵਾਲ ਕੀਤਾ ਜਾਵੇ ਜਿਹਦੇ ਵਿੱਚ ਅੰਦਰ ਜਜ਼ਬਾ ਕੰਮ ਕਰਨ ਦਾ ਉਹਦੇ ਚ એનર્ਜੀ ਹੋਊਗੀ ਜਿਨੇ 10 ਸਾਲ ਐਮ.ਐਲ.ਏ ਬਣ ਕੇ ਆਤਮਨਗਰ ਦੀ ਗੱਲ ਨਹੀਂ ਕੀਤੀ ਹਲਕਾ ਇੰਚਾਰਜ ਨੇ ਐਮਐਲਏ ਵਰਗੀ ਫੀਲਿੰਗ ਲੈ ਕੇ ਮੂਰੇ ਜਿਪਸੀ ਲਾ ਕੇ ਗਨਮੈਨ ਲੈ ਕੇ ਹਲਕਾ ਇੰਚਾਰਜ ਬਣ ਕੇ ਆਤਮਨਗਰ ਦੀ ਗੱਲ ਨਹੀਂ ਕੀਤੀ ਮੈਂ ਕਹਿੰਨਾ ਪੂਰੇ 10 ਸਾਲ ਚ ਦੱਸੋ ਆਤਮਨਗਰ ਦੀ ਗੱਲ ਕਿਨੇ ਕੀਤੀ ਆਤਮਨਗਰ ਦੀ ਕੀਤੀ ਤਾਂ ਹਰੀਸ਼ ਟਾਂਡਾ ਨੇ ਕੀਤੀ ਮੈਨੂੰ એનર્ਜੀ ਦਿੰਦਾ ਮੈਨੂੰ એનર્ਜੀ ਚਾਹੀਦੀ ਹੈ ਕਿ ਇੱਥੇ ਐਮਐਸ ਐਮਈ ਕਲਸਟਰ ਬਣਾਣਾ ਹੈ 15% ਬਿਜਲੀ ਦੇ ਵਿੱਚ ਸਬਸਿਡੀ ਦਿਵਾਣੀ ਆ ਹਰੇਕ ਇੰਡਸਟਰੀਲਿਸਟ ਨੂੰ ਉਹਨਾਂ ਦੀਆਂ ਮਸ਼ੀਨਾਂ ਦੀ ਖਰੀਦ 'ਚ ਸਬਸਿਡੀ ਉਹਨਾਂ ਦੀ ਸੜਕਾਂ ਰਿਪੇਅਰ ਕਰਨ 'ਚ ਸਬਸਿਡੀ ਉਹਨਾਂ ਨੂੰ ਬੈਂਕ ਲੋਨ ਸੌਫਟ ਦਿਵਾਉਣੇ ਸਬਸਿਡੀ ਮੁੜ ਕੇ ਇੱਥੇ ਦੀ ਇੰਡਸਟਰੀ ਨੂੰ ਪ੍ਰੋਗਰੈਸਿਵ ਮੋੜ 'ਚ ਪਾਣਾ ਹੈ ਟੌਪ ਗੀਅਰ 'ਚ ਪਾਣਾ ਹੈ ਇਹ ਕਲਾ ਸਪੀਡ ਵਧਾਣੀ ਹੈ ਚੌਗਣੀ ਕਰਨੀ ਹੈ ਨਵੀਂ ਮਸ਼ੀਨ ਲਗਾਣੀ ਹੈ ਇੱਥੇ ਗਿਲ ਰੋਡ ਦੇ ਉੱਤੇ ਐਲੀਵੇਟਡ ਰੋਡ ਬਣਾਨੀ ਹੈ ਇੱਥੇ ਬਿਜਲੀ ਦਾ ਲੈਵਲ ਕਰਾਸਿੰਗ ਦੇ ਉੱਤੇ ਪੁਲ ਬਣਾਣਾ ਹੈ ਚਿੱਟੇ ਵੇਚਣ ਵਾਲਿਆਂ ਨੂੰ ਨਿਕελ ਪਾਣੀ ਹੈ ਇੱਥੇ ਆਲਰੇਡੀ ਮੈਂ ਤੈਅ ਕਰ ਲਿਆ ਹੈ ਡਿਸਾਈਡ ਹੋ ਗਿਆ ਹੈ ਜਗ੍ਹਾ ਡਿਸਾਈਡ ਹੋ ਗਈ ਹੈ 17 ਏਕੜ ਦੀ ਜਿਹਨੂੰ ਗਿਲ ਗੁਰਦੁਆਰਾ ਸਾਹਿਬ ਦੀ ਕਮੇਟੀ ਉੱਥੇ ਹਸਪਤਾਲ ਬਣਾਓ ਨਰਸਿੰਗ ਕਾਲਜ ਬਣਾਓ ਕੁੜੀਆਂ ਦਾ ਇੱਕ ਡਿਗਰੀ ਕਾਲਜ ਤੇ ਪੋਸਟ ਗ੍ਰੈਜੂਏਸ਼ਨ ਕਾਲਜ ਬਣੋ ਉੱਥੇ ਲੋਕਾਂ ਨੂੰ ਸੈਰਗਾਹ ਬਣੋ ਲੋਕਾਂ ਨੂੰ ਉੱਥੇ ਸੈਰ ਕਰਨ ਦਾ ਮੌਕਾ ਮਿਲੂਗਾ ਲੋਕਾਂ ਦੇ ਸੀਵਰ ਸਿਸਟਮਸ ਡੀਸਿਲਟਿੰਗ ਕਰਨੇ ਗੰਦਾ ਪਾਣੀ ਆਂਦਾ ਉਹਨੂੰ ਰੋਕਣਾ ਇਹਦੇ ਲਈ ਜੇ ਮੈਂ એનર્ਜੀ ਨਹੀਂ ਲਿਆਉਂਗਾ ਤਾਂ ਕਿੱਦਾਂ ਕਰੂਗਾ ਪੂਰੇ ਦੇ ਪੂਰਾ 10 ਸਾਲ ਸੁੱਤਾ ਪਿਆ ਇਲਾਕਾ 10 ਸਾਲ ਦਾ ਲਵਾਰਸ ਇਲਾਕਾ ਨਾ ਐ ਐਮ ਐਲ ਏ ਨਾ ਹਲਕਾ ਇੰਚਾਰਜ ਸੜਕਾਂ ਤੇ ਟੱਕ ਲਾਲਾ ਜਿਹੜੇ ਕਾਰਪੋਰੇਸ਼ਨ ਦੇ ਕੰਮ ਹੈ ਕੀ ਜਦੋਂ ਕਹਿੰਦਾ ਮੈਂ ਕੀਤਾ ਉਹ ਕਹਿੰਦਾ ਮੈਂ ਕੀਤਾ ਇਹਨਾਂ ਦੀ ਮੈਂ ਮੈਂ ਦੀ ਬੋਲੀ ਖਤਮ ਕਰਨੀ ਹੈ ਮੈਂ ਆਤਮਨਗਰ 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 ਦੀ ਬੋਲੀ ਸ਼ੁਰੂ ਕਰਨੀ ਹੈ ਸੋ ਤੁਸੀਂ ਵੇਖ ਸਕਦੇ ਹੋ ਕਿ ਹਲਕਾ ਆਤਮਨਗਰ ਤੋਂ ਹਰੀਸ਼ ਰਾਏ ਢਾਂਡਾ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਨੇ ਬਦਲਾਵ ਦੀ ਗੱਲ ਕਰ ਰਹੇ ਨੇ ਔਰ ਬਦਲਾਵ ਹਰ ਵਰਗ ਦੇ ਵਿੱਚ ਵੇਖਣਾ ਚਾਹੁੰਦੇ ਨੇ ਔਰ ਆਪਣੇ ਨਵੇਂ ਟਾਰਗੇਟ ਸੈੱਟ ਕਰਕੇ ਇੰਡਸਟਰੀ ਦੇ ਲਈ ਯੂਥ ਦੇ ਲਈ ਮਹਿਲਾਵਾਂ ਦੇ ਲਈ ਅਲੱਗ-ਅਲੱਗ ਪ੍ਰੋਜੈਕਟਸ ਦੀ ਗੱਲ ਕਰ ਰਹੇ ਨੇ ਦੇਖਣਾ ਹੋਵੇ ਦੇਖਣਾ ਹੋਵੇਗਾ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਇਹ ਬਦਲਾਅ ਕਿਸ ਤਰੀਕੇ ਦੇ ਨਾਲ ਆਤਮਨਗਰ ਦੇ ਨਿਵਾਸੀ ਵੇਖਦੇ ਨੇ ਕੈਮਰਾਮੈਨ ਬਲਵਿੰਦਰ ਦੇ ਨਾਲ ਅਰुण ਕੌਸ਼ਲ ਦੀ ਖਾਸ ਰਿਪੋਰਟ